ਕੀ ਕਰੀਏ ਨਾ ਮੱਛੀ ਯਾਰ ਹਾਂ ਗੱਡੀ ਖਰਾਬ ਹੋ ਗਈ ਗੱਡੀ ਖਰਾਬ ਹੋ ਗਈ ਤੇ ਸਮਾਨ ਹੁਣ ਦੂਜੀ ਗੱਡੀ ਚ ਲਓ ਵੀ ਮਿੱਤਰੋ ਸਮਾਨ ਰੱਖ ਰਿਹਾ ਵੀ ਦੂਜੀ ਗੱਡੀ ਚ ਇਹ ਵੈਲਕਮ ਬੈਕ ਹੈ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ ਹਨੇਰਾ ਹੋ ਗਿਆ ਰਾਤ ਦੇ ਵੱਜਦੇ ਆ 8 ਇਹ ਨਵੇਂ ਨਵੇਂ ਸੱਪ ਕੱਢਦਾ ਰਹਿੰਦਾ ਹੋਰ ਵੀ ਆ ਹੈ ਇੱਕ ਰਹਿੰਦਾ ਹਾਲੇ ਗੱਡੀ ਤੁਹਾਨੂੰ ਦੱਸਿਆ ਸੀਗਾ ਸਾਡੀ ਖਰਾਬ ਹੋਣ ਵਾਲੀ ਆ ਅਤੇ ਅਸੀਂ ਸਾਨੂੰ ਪਹਿਲਾਂ ਹੀ ਅਸਾਰ ਹੋ ਜਾਂਦੇ ਆ ਅਤੇ ਗੱਡੀ ਹੋ ਗਈ ਖਰਾਬ ਹੁਣ ਉਹਨੂੰ ਰਿਕਵਰੀ 'ਤੇ ਭੇਜਾਂਗੇ ਅਸੀਂ ਜਾਂ ਅਸੀਂ ਕੁਛ ਨਾ ਕੁਛ ਤਰੀਕੇ ਜੁਗਾੜ ਕਰਕੇ ਲੈ ਕੇ ਜਾਵਾਂਗੇ ਆਪ ਹੀ ਲੈਣੀ ਕਹਿੰਦਾ ਤੁਰ ਜਾਣੀ ਚਲੋ ਫਿਰ ਹੋ ਗਿਆ ਸਮਾਨ ਉੱਧਰ ਲਾਇਆ ਤੂੰ ਲੋਕ ਕਰਤਾ ਚਲੋ ਠੀਕ ਹੈ ਆ ਖੜੀ ਹਾਂਜੀ ਇਹ ਤਾਂ ਦਿਖਾ ਰਿਹਾ ਸੀ ਗੱਡੀ ਤੁਹਾਨੂੰ ਇਹ ਖਰਾਬ ਪੈ ਗਈ ਯਾਰ ਕੱਲ ਮੁਹੰਮਦ ਬਿਨ ਜ਼ਾਇਦ ਰੋਡ ਤੇ ਚੱਲਦੇ ਚੱਲਦੇ ਖੜ ਗਈ ਮੀਨਸ ਹੀਟ ਅਪ ਹੋ ਗਈ ਤੇ ਹੀਟ ਅਪ ਦਾ ਰੀਜ਼ਨ ਨਹੀਂ ਪਤਾ ਲੱਗਿਆ ਔਖੇ ਸੌਖੇ ਲਿਆ ਕੇ ਖੜੀ ਕੀਤੀ ਆ ਕਿਉਂਕਿ ਰਾਤ ਗੈਰੇਜ ਵਗੈਰਾ ਸਭ ਬੰਦ ਹੋ ਗਏ ਸੀ ਟ੍ਰੈਫਿਕ ਬਹੁਤ ਸੀ ਜਾ ਨਹੀਂ ਸਕਦੇ ਸੀ ਹੁਣ ਉੱਠੇ 8 ਵਜੇ ਤੇ ਲੈ ਕੇ ਚੱਲਿਆ ਇਹਨੂੰ ਤੇ ਸ਼ਾਇਦ ਰਿਕਵਰੀ ਬੁਲਾਉਣੀ ਪਵੇ ਜੇ ਸਟਾਰਟ ਹੋ ਗਈ ਚੱਲਦੀ ਹੋ ਗਈ ਹੀਟ ਨਾ ਹੋਈ ਫਿਰ ਤਾਂ ਮੈਂ ਹੀ ਲੈ ਜੂੰਗਾ ਨਹੀਂ ਤਾਂ ਫਿਰ ਰਿਕਵਰੀ ਤਾਂ ਹੈਗੀ ਆ ਇੰਸ਼ੋਰੈਂਸ ਵਾਲਿਆਂ ਨੂੰ ਕਰਾਂਗੇ ਫੋਨ ਆਉਣਗੇ ਥੋੜ੍ਹੀ ਚੈੱਕਅਪ ਕਰ ਲਈਏ ਵਾਧੂ ਪੰਗੇ ਖੜ੍ਹੇ ਰਹਿੰਦੇ ਯਾਰ ਕੋਈ ਨਾ ਕੋਈ ਵੈਸੇ ਖਰਾਬ ਨਹੀਂ ਕਰਦੀ ਇਹ ਇੰਨਾ ਚਲੋ ਦੇਖਦੇ ਹਾਂ ਹੁਣ ਕੀ ਹਿਸਾਬ ਕਿਤਾਬ ਆ ਅਤੇ ਨਾਲ ਦੀ ਨਾਲੇ ਵਲੌਗ ਬਣਾਉਣੇ ਜਾਂਦੇ ਹਾਂ ਬਾਈ ਪਿਆ ਸੁੱਤਾ ਮੈਂ ਉਠਾਇਆ ਨਹੀਂ ਗਾ ਨਾਈਟ ਡਿਊਟੀ ਕੀਤੀ ਉਹਨੇ ਮੈਂ ਕਿਉਂ ਡਿਸਟਰਬ ਕਰਨਾ ਸਵੇਰੇ ਸਵੇਰੇ ਮੈਂ ਹੀ ਜਾਇਆ ਨਾ ਧੁੱਪ ਦੇਖ ਲਓ ਫੁੱਲ ਸਿਖਰਾਂ 'ਤੇ ਆ ਚਲੋ ਹੁਣ ਗੱਡੀ ਨੂੰ ਥੋੜ੍ਹਾ ਹੱਥ ਪੈਰ ਮਾਰ ਕੇ ਦੇਖਦੇ ਹਾਂ ਗੱਡੀ 'ਚ ਪਾਣੀ ਪੂਣੀ ਤਾਂ ਚੈੱਕ ਕੀਤਾ ਮੈਂ ਥੋੜ੍ਹਾ ਮੋਟਾ ਘਟਿਆ ਸੀ ਪਾਇਆ ਬਟ ਇੰਨਾ ਪਾਣੀ ਤਾਂ ਘੱਟ ਹੈ ਨਹੀਂ ਵੀ ਗੱਡੀ ਹੀਟ ਹੋ ਕੇ ਰੁਕ ਜਾਵੇ ਅਤੇ ਰੀਜ਼ਨ ਨਹੀਂ ਪਤਾ ਹਜੇ ਆਪਾਂ ਨੂੰ ਆ ਪਾਣੀ ਦੀ ਪੀਪੀ ਨਾਲ ਹੀ ਰੱਖੀ ਦੀ ਆਪਾਂ 10 ਲੀਟਰ ਦੀ ਕਦੇ ਵੀ ਲੋੜ ਪੈਂਦੀ ਹੈ ਜਿਵੇਂ ਕੱਲ੍ਹ ਪੈ ਗਈ ਸੀ ਅਤੇ ਜੇ ਸ਼ਾਇਦ ਕੋਈ ਪਾਈਪ ਕੋਈ ਫਟੀ ਹੋ ਸਕਦੀ ਆ ਚੈੱਕਅਪ ਕਰਨਾ ਪਊ ਕਿੱਥੇ ਕੀ ਪ੍ਰੋਬਲਮ ਆ ਪ੍ਰੋਬਲਮ ਇਹਦੀ ਲੱਭਣੀ ਪੈਣੀ ਆ ਨੋਰਮਲ ਤਾਂ ਲੱਗਦੀ ਨਹੀਂ ਕੋਈ ਸੂਈ ਥੱਲੇ ਰਵੇ ਹੀਟ ਵਾਲੀ ਤਾਂ ਵਧੀਆ ਗੱਲ ਆ ਯਾਰ ਫਿਰ ਨਹੀਂ ਤਾਂ ਮੈਨੂੰ ਰਿਕਵਰੀ ਬੁਲਾਊਂਗਾ ਪੈਸੇ ਤਾਂ ਨਹੀਂ ਲੱਗਦੇ ਆਪਣੇ ਇੰਸ਼ੋਰੈਂਸ 'ਚ ਕਵਰ ਆ ਰਿਕਵਰੀ ਫਰੀ ਆ ਜਾਣੀ ਆ ਬਟ ਫਿਰ ਵੀ ਟਾਈਮ ਵੇਸਟ ਹੋਊਗਾ ਹੁਣ ਮੈਂ ਆਪ ਲੈ ਜਾਣੀ ਆ ਚਲੋ ਵੇਟ ਕਰਦੇ ਹਾਂ ਬਾਕੀ ਹੁਣ ਤੁਹਾਨੂੰ ਮਿਲਦੇ ਹਾਂ ਸਿੱਧਾ ਸ਼ਾਰਜਾ ਗੈਰੇਜ 'ਤੇ ਚੱਲ ਕੇ ਮਸਲੇ ਇਕੱਲੇ ਯਾਰ ਗੱਡੀ ਦੇ ਥੋੜ੍ਹੀ ਆ ਕੱਲ੍ਹ ਲੇਟ ਹੋ ਗਿਆ ਕੱਲ੍ਹ ਵੀ ਮਕੈਨਿਕ ਨਹੀਂ ਸੀ ਰਾਤ ਹੋ ਗਈ ਬੰਦ ਹੋ ਜਾਂਦੇ ਆ ਸਾਜਰੀ ਹੁਣ ਮੈਨੂੰ ਵੇਟ ਕਰਦੇ ਨੂੰ ਵੀ ਕਿੰਨਾ ਟਾਈਮ ਹੋ ਗਿਆ ਹਜੇ ਵੀ ਮਕੈਨਿਕ ਨਹੀਂ ਆਇਆ ਬੰਦੇ ਨੇ 100 ਕੰਮ ਕਰਨੇ ਹੁੰਦੇ ਆ ਬਾਈ ਦਾ ਵੀ ਮੈਂ ਖਿੱਚ ਧੂ ਕੇ ਲਿਆ ਤਾਂ ਆਇਆ ਗੱਡੀ ਛੱਡੀ ਆ ਬੜੇ ਔਖੇ ਤਰੀਕੇ ਨਾਲ ਅਤੇ ਹੁਣ ਇੱਥੇ ਆਪਾਂ ਨੂੰ ਮਕੈਨਿਕ ਨਹੀਂ ਮਿਲ ਰਹੇ
ਮਕੈਨਿਕ ਲੱਭਦੇ ਆ ਯਾਰ, ਵੇਟ ਕਰਦੇ ਆ ਮੀਨਸ ਕਦੋਂ ਆਊਗਾ। ਚੱਕਰ ਇਹ ਆ ਯਾਰ, ਹੁਣ ਇੰਨਾ ਟਾਈਮ ਹੋ ਗਿਆ, ਕੱਲ ਵੀ ਵੇਟ ਕੀਤਾ, ਅੱਜ ਵੀ ਵੇਟ ਕੀਤਾ। ਇੱਕ ਤਾਂ ਇੱਥੇ ਬੰਦਾ ਕਿਸੇ ਨੂੰ ਕੋਈ ਦੱਸਦਾ ਨਹੀਂ, ਬੜੇ ਹੈਗੇ ਆ ਲੋਕੀ, ਤੇ ਹੁਣ ਵੇਟ ਕਰਦੇ ਵਾਰ ਕਹਿੰਦੇ ਬੰਦਾ ਤਾਂ ਇੱਥੇ ਆਉਣੋਂ ਹਟ ਗਿਆ। ਉਹ ਹੁਣ ਮੈਂ ਜਾਊਂ ਕਿਸੇ ਹੋਰ ਲੋਕੇਸ਼ਨ 'ਤੇ, ਉੱਤੋਂ ਗੱਡੀ ਗਰਮ ਹੁੰਦੀ ਹੈ, ਇਹਨੇ ਪਤਾ ਨਹੀਂ ਕਦੋਂ ਜਵਾਬ ਦੇ ਦੇਣਾ, ਹੈ ਨਾ। ਉਹ ਕਹਿੰਦੇ ਉਹ ਨਾਲ ਹੀ ਆ, ਹੁਣ ਮੈਂ ਚਲਾ ਕੇ ਲੈ ਕੇ ਜਾਊਂਗਾ, ਇੱਥੇ ਤਾਂ ਇੰਨੀ ਨੇੜੇ ਤਾਂ ਗਰਮ ਤਾਂ ਹਜੇ ਤੱਕ ਕੋਈ ਨਹੀਂ, ਹੀਟ ਹੈਗੀ ਆ। ਪਾਣੀ ਚੈੱਕ ਦੁਬਾਰਾ ਕਰ ਲਿਆ ਮੈਂ, ਵਾਰੀ ਵਾਰੀ ਚੈੱਕ ਕਰਨਾ ਪੈਂਦਾ। ਅਤੇ ਚਲੋ ਮਿਲਦੇ ਹਾਂ, ਗੱਡੀ ਤਾਂ ਠੀਕ ਕਰਾਉਣੀ ਆ, ਸਾਰੇ ਕੰਮ ਰੁਕੇ ਹੋਏ ਆ। ਆਹ ਕਰਤੀ ਖੜ੍ਹੀ, ਹੁਣ ਮੈਂ ਚੱਲਿਆ ਉੱਧਰ ਨੂੰ। ਮਸਲਾ ਤਾਂ ਹੈਗਾ ਕੋਈ ਕਿਤੇ, ਜਿੱਥੇ ਪਾਣੀ ਰੈਡੀਏਟਰ ਦਾ ਪਾਣੀ ਜਿਵੇਂ ਜਾਂਦਾ ਹੁੰਦਾ ਨਾ, ਉੱਥੇ ਕੋਈ ਲੀਕੇਜ ਵਗੈਰਾ ਵਾ। ਉਹ ਹੁਣ ਇੰਜਣ ਖੋਲੂਗਾ ਅਤੇ ਦੇਖੂਗਾ। ਅਤੇ ਇੱਕ ਗੱਲ ਹੋਰ, ਸੱਚ ਮੈਂ ਦਿਖਾਉਣੀ ਸੀ, ਭੁੱਲ ਗਿਆ ਵੀਡੀਓ ਬਣਾਉਣੀ। ਜਿਹਨਾਂ ਇੰਜਣ ਅਟੈਚ ਹੁੰਦਾ, ਨਟ ਵੋਲਟ ਲੱਗਿਆ ਹੁੰਦਾ ਕੁਰਸੀ ਦੇ ਨਾਲ, ਉਹਦਾ ਨਟ ਖੁੱਲ੍ਹਿਆ ਪਿਆ ਸੀ ਜਮਾਂ ਹੀ, ਐਨ ਪੂਰਾ ਐਂਡ 'ਤੇ ਸੀਗਾ। ਕਦੇ ਵੀ ਉਹ ਖੁੱਲ੍ਹ ਕੇ ਇੰਜਣ ਡਿੱਗ ਪੈਣਾ ਸੀ। ਤਾਂ ਜੋ ਹੁੰਦਾ ਚੰਗੇ ਲਈ ਹੁੰਦਾ, ਵੱਡੇ ਨੁਕਸਾਨ ਤੋਂ ਬਚਾਉਂਦਾ ਉੱਪਰ ਵਾਲਾ, ਅਤੇ ਉਹੀ ਹੋਇਆ। ਜੇ ਆਪਾਂ ਗੱਡੀ ਗਰਮ ਨਾ ਹੁੰਦੀ, ਆਪਾਂ ਲੈ ਕੇ ਨਾ ਆਉਂਦੇ, ਅਤੇ ਜਿਹੜਾ ਇੰਜਣ ਦਾ ਨਟ ਖੁੱਲ੍ਹਿਆ ਹੋਇਆ ਕੁਰਸੀ ਦਾ, ਉਹ ਪਤਾ ਨਹੀਂ ਲੱਗਣਾ ਸੀ ਆਪਾਂ ਨੂੰ ਕਿਤੇ ਰਾਹ 'ਚ ਡਿੱਗਦੇ। ਹੁਣ ਮੈਂ ਜਾਣਾ ਉੱਧਰ ਜਿੱਥੇ ਪਹਿਲਾਂ ਗਿਆ ਸੀ, ਮਕੈਨਿਕ ਸੀਗਾ ਪਹਿਲਾਂ ਉੱਥੇ, ਉਹ ਚਲਾ ਗਿਆ। ਫਿਰ ਆਪਣੀ ਪਹਿਲਾਂ ਵੀ ਇੱਕ ਵੀਡੀਓ ਬਣਾਈ ਹੈ, ਜਦੋਂ ਮਸਟੈਂਗ ਦੀ ਸਰਵਿਸ ਕਰਵਾਈ, ਵੀਡੀਓ ਬਣੀ ਹੋਈ ਹੈ, ਵਲੌਗ ਬਣਿਆ ਹੋਇਆ। ਅਤੇ ਫਿਰ ਉਹ ਚਾਚੇ ਨੂੰ ਕਾਲ ਕੀਤੀ ਵੀ ਤੂੰ ਕਿੱਥੇ ਅੱਜ ਕੱਲ੍ਹ, ਉਹ ਵੀ ਮੂਵ ਹੋ ਗਿਆ ਸੀ ਨਾ ਉੱਥੋਂ, ਅਤੇ ਉਹ ਆ ਗਿਆ ਗਸੇਜ਼ ਦੇ ਵਿੱਚ। ਹੁਣ ਆ ਰੋਡ ਕ੍ਰੋਸ ਕਰਕੇ ਉਹ ਪਰਲੀ ਸਾਈਡ ਆਪਣਾ ਘਰ ਆ, ਤਾਂ ਟੈਕਸੀ ਲੈਣ ਦੀ ਵੀ ਲੋੜ ਨਹੀਂ ਪਈ, ਵਾਕੇਬਲ ਡਿਸਟੈਂਸ ਆ। ਅਤੇ ਚਲੋ ਚੱਲੀ ਆ ਖਰਾ ਨੂੰ, ਅਤੇ ਦਿਹਾੜੀ ਤਾਂ ਮਰੀ ਅੱਜ, ਗੱਡੀ ਵੀ ਖੜਾਉਣੀ ਪੈਣੀ ਆ, ਸ਼ਾਮ ਤੱਕ ਸ਼ਾਇਦ ਮਿਲ ਜੇ। ਕਹਿੰਦਾ ਹਜੇ ਕੰਮ ਚੱਲਿਆ, ਆ ਕੇ ਖੋਲੂੰਗਾ ਉਹਨੂੰ, ਦੇਖੂੰਗਾ, ਫਿਰ ਦੱਸੂ ਕੀ ਮਸਲਾ, ਕਿੰਨੇ ਟਾਈਮ 'ਚ ਹੋਊਗਾ। ਚਲੋ ਮਸਲਾ ਤਾਂ ਹੈਗਾ, ਉਹ ਆਪਾਂ ਨੂੰ ਵੀ ਦਿਖ ਗਿਆ ਸੀ। ਇਸ ਟਾਈਮ ਦਿਨ ਦਾ ਸਾਨੂੰ ਵੱਡਾ ਮਸਲਾ ਹੈ ਰੋਡ ਕ੍ਰੋਸ ਕਰਨਾ, ਇੱਧਰੋਂ ਵੀ ਗੱਡੀਆਂ ਫੁੱਲ ਆਉਂਦੀਆਂ। ਉਹ ਆਪਣੀ ਬਿਲਡਿੰਗ ਆ ਉਹ ਵਾਲੀ, ਰੋਡ ਵੱਡਾ। ਚਲੋ ਮਸਲਾ ਰੋਡ ਕ੍ਰੋਸ ਕਰਨ ਦਾ ਨਹੀਂ ਸੀਗਾ, ਉਹ ਤਾਂ ਚੱਲ ਬੰਦਾ ਕਰ ਲੈਂਦਾ। ਪ੍ਰੋਬਲਮ ਹੁੰਦੀ ਆ ਜਦੋਂ CID ਖੜ੍ਹੀ ਹੁੰਦੀ ਆ ਸਿਵਲ ਡਰੈਸ ਦੇ ਵਿੱਚ ਮੂਹਰੇ, ਅਤੇ ਆਉਂਦੇ ਨੂੰ ਰੋਡ ਹਜੇ ਬੰਦਾ ਕ੍ਰੋਸ ਕਰਦਾ ਨਹੀਂ, ਪਹਿਲਾਂ ਹੀ ਹੱਥ ਮਾਰ ਦਿੰਦਾ ਅਤੇ 400 ਦਰਾਮ ਦਾ ਫਾਈਨ ਹੁੰਦਾ। ਆਪਾਂ ਤਾਂ ਭੱਜ ਕੇ ਨਿਕਲਿਆ ਹੁਣ, ਚਲੋ ਬਾਈ ਘਰ ਜਾ ਕੇ ਨਾਸ਼ਤਾ ਨੁਸ਼ਤਾ ਕਰਦੇ ਹਾਂ, ਖਾਂਦੇ ਪੀਂਦੇ ਹਾਂ। ਉਦੋਂ ਬਾਅਦ 'ਚ ਚਾਚਾ ਕਹਿੰਦੇ ਹਾਂ ਜਿਹੜਾ ਮਕੈਨਿਕ ਆ, ਚਾਚੇ ਦੀ ਕਾਲ ਦਾ ਵੇਟ ਕਰਦੇ ਹਾਂ, ਫਿਰ ਗੱਡੀ ਚੱਕਣ ਜਾਵਾਂਗੇ। ਹਾਂ ਬਾਈ, ਹਾਂਜੀ, ਵੈਲਕਮ ਕਰਦਾ ਜੀ, ਮੈਂ ਆਪਦਾ, ਇਹਨੇ ਪਹਿਲਾਂ ਆਪਦਾ ਵੈਲਕਮ ਕਰਦਾ। ਮੈਂ ਹੁਣ ਡਿਆ, ਹੁਣ ਸੁੱਤਾ ਪਿਆ ਉੱਠਿਆ, ਤੇ ਹੁਣ ਆਪਾਂ ਚੱਲੇ ਆ ਮਾਰਕੀਟ। ਮਾਰਕੀਟ ਕਿੱਥੇ? ਸ਼ਾਰਜਾ। ਸੈਫਟਿੰਗ ਕੀਤੀ ਸੀ, ਸੈਫਟਿੰਗ ਸੈਫਟਿੰਗ ਸਾਡਾ ਸਮਾਨ ਲੈਣ ਵਾਲਾ ਪਿਆ। ਹਾਂ, ਤੇ ਉਹ ਲੈਣ ਚੱਲੇ ਇੱਧਰ, ਇੱਧਰ ਪਾਰਕਿੰਗ ਚੇਂਜ ਹੋ ਗਈ, ਪਾਰਕਿੰਗ ਸਾਡੀ ਚੇਂਜ ਹੋ ਗਈ। ਹੁਣ ਆਪਾਂ ਚੱਲੇ ਸ਼ਾਰਜਾ ਮਾਰਕੀਟ, ਤੁਹਾਨੂੰ ਦੱਸਦਾ। ਤੇ ਸ਼ਾਰਜਾ ਮਾਰਕੀਟ 'ਚ ਅਸੀਂ ਲੈਣਾ ਕਾਰਪੈਟ ਵਗੈਰਾ, ਹੋਰ ਕੀ ਸੀਗਾ, ਲਟਰਮ ਪਟਰਮ ਕਾਫੀ ਘਰ ਦਾ ਸਮਾਨ ਜਿਹਾ ਲੈਣ ਵਾਲਾ ਰਹਿੰਦਾ ਵਾ, ਤੇ ਉਹ ਲੈਣੇ ਆ ਬਸ ਅਸੀਂ। ਹੁਣ ਸਾਨੂੰ
ਸਾਡੇ ਤੇ ਪੂਰਾ ਭਰੋਸਾ, ਅਸੀਂ ਲੈਣ ਕੁਛ ਹੋਰ ਜਾਂਦੇ ਹੁੰਦੇ ਹਾਂ ਅਤੇ ਲੈ ਕੇ ਅਸੀਂ ਕੁਛ ਹੋਰ ਆਉਂਦੇ ਹੁੰਦੇ ਹਾਂ। ਇੱਦਾਂ ਕਹਾਣੀ ਸਾਡੀ, ਸਾਡੇ 'ਤੇ ਸਾਡੇ ਘਰ ਦੇ ਭਰੋਸਾ ਕਰਦੇ ਨਹੀਂ ਔਰ ਸਾਨੂੰ ਵੀ ਭਰੋਸੇ ਥੱਲੇ ਜਿਉਣਾ ਚੰਗਾ ਲੱਗਦਾ ਨਹੀਂ, ਚੰਗਾ ਲੱਗਦਾ ਨਹੀਂ। ਠੀਕ ਆ ਨਾ, ਮੈਂ ਸੁੱਤਾ ਪਿਆ ਉੱਠਿਆ ਵਾਂ, ਇਹ ਉੱਠਿਆ ਹੋਇਆ ਸੀਗਾ। ਹੋਰ ਸੁਣਾਓ ਪੰਜਾਬੀਓ, ਕੀ ਹਾਲ ਚਾਲ ਨੇ? ਸਿਹਤਾਂ ਠੀਕ ਆ? ਸਾਰਾ ਘਰ ਪਰਿਵਾਰ, ਸਾਰੇ ਬਾਲ ਬੱਚੇ ਸਭ ਠੀਕ ਆ? ਤੁਹਾਡੇ ਵਧੀਆ ਚੱਲੀ ਜਾ ਰਿਹਾ? ਪੰਜਾਬ ਦਾ ਮਾਹੌਲ ਸ਼ਾਹੌਲ ਕੀ ਆ? ਪੰਜਾਬ ਤਾਂ ਕਹਿੰਦੇ ਤੁਸੀਂ, ਚੱਲਦੀ ਹੈ ਕਹਾਣੀ, ਪੰਜਾਬ 'ਚ ਧਰਨੇ ਨਾ ਮੁੱਕੇ, ਹੈ ਨਾ ਸਲੀਮ ਯਾਰ? ਧਰਨੇ ਤਾਂ ਬਸ, ਮੈਨੂੰ ਤਾਂ ਪੰਜਾਬ ਧਰਨਾ ਨਹੀਂ ਲੈ ਲੈਣਾ ਯਾਰ, ਚੱਪੇ ਜਾਮ ਹੈ ਨਾ ਇਹ 'ਚ। ਪਾਰਟੀ ਪੂਰਟੀ ਦਾ ਕੁਛ ਨਹੀਂ, ਵੀ ਪਾਰਟੀ ਆ ਜਿਹੜੀ ਆਉੜੀ ਆ, ਕਿਸੇ ਵੀ ਪਾਰਟੀ ਚਲਾਵੇ, ਲੇਕਿਨ ਧਰਨੇ ਧਰਨੇ ਧਰਨੇ, ਹਰੇਕ ਨੂੰ ਆਪਦੇ ਹੱਕ ਯਾਦ ਆਉਂਦੇ ਆ ਦੂਜਿਆਂ ਦੇ। ਧਰਨੇ ਲਾਉਣੇ ਯਾਰ, ਸੀ ਐਮ ਦੇ ਦਰ ਮੂਹਰੇ ਲਾਓ, ਉਹਨੂੰ ਔਖਾ ਕਰੋ, ਉਹਨੂੰ ਰੋਕੋ, ਆਮ ਲੋਕਾਂ ਦੀ ਰੋਡ ਥੋੜੀ, ਕਈ ਰੋਡਾਂ ਦੇ ਉੱਤੇ ਹੈ ਨਾ। ਵੈਸੇ ਆਹ ਆਹ ਗੱਲ ਦੁਬਈ ਵਧੀਆ ਹੈ ਨਾ, ਦੇਖਿਆ ਕਦੇ ਤੂੰ ਇੱਥੇ? ਇੱਥੇ ਨਹੀਂ ਕੁਛ ਹੈਗਾ। ਕੋਈ ਜਦੋਂ ਆਪਣੇ ਕਿਸਾਨ ਅੰਦੋਲਨ ਚੱਲਦਾ ਸੀਗਾ ਨਾ, ਆਉਣਾ ਬਾਹਰਲਿਆਂ ਨੂੰ ਜ਼ਿਆਦਾ ਜੋਸ਼ ਆਉਂਦਾ ਸੀ, ਕਿਉਂਕਿ ਜਾ ਨਹੀਂ ਸਕਦੇ ਸੀਗੇ ਉੱਥੇ, ਬੈਠਿਆਂ ਨੂੰ ਵੀ ਜ਼ਿਆਦਾ ਸਾਡੇ 'ਚ ਵੀ ਸੀਗਾ। ਅਤੇ ਕਿਸੇ ਨੇ ਉਹ ਪਾਤੀ ਪੰਜਾਬੀ ਨੇ ਵੀ ਆਪਾਂ 19 ਤਰੀਕ ਨੂੰ ਕਿਸਾਨ ਅੰਦੋਲਨ ਲਈ ਵੀ ਨਾਰਾ ਮਾਰਾਂਗੇ 19 ਤਰੀਕ ਨੂੰ, ਈਵਨ ਬਤੂਤਾ ਸਾਰਿਆਂ ਨੇ ਇਕੱਠੇ ਹੋ ਜਾਓ, ਸਮਝ ਲਓ 10 ਤਰੀਕ ਨੂੰ ਉਹਨੇ ਬੋਲ, 10 ਤਰੀਕ ਨੂੰ ਇਕੱਠੇ ਹੋ ਜਾਓ। 9 ਤਰੀਕ ਨੂੰ ਬੰਦਾ ਚੱਕ ਲਿਆ ਸੀ, ਕਹਿੰਦਾ ਪਾਸ ਵਾਲਾ ਵੀਡੀਓ ਵੀ ਨਹੀਂ ਆਉਣਾ ਕਿਸੇ ਨੇ, ਨਾਲੇ ਮਾਫ਼ੀ ਮੰਗਾਈ, ਨਾਲੇ ਅੰਦਰ ਰੱਖਿਆ 2 ਦਿਨ। ਅੰਦੋਲਨ ਤੁਹਾਡਾ ਆਪਦੇ ਘਰੇ ਆ ਜਾ ਕੇ, ਉੱਥੇ ਕਰੋ ਜਾ ਕੇ। ਜਜ਼ਬਾਤੀ ਹੋ ਕੇ ਨਹੀਂ ਸਟੈਪ ਲਈਦੇ ਹੁੰਦੇ, ਅਤੇ ਅਸੀਂ ਵੀ ਬਹੁਤ ਸਪੋਰਟ ਕੀਤੀ ਸੀ ਉਹਨੂੰ ਜਿੰਨੀ ਕੋਈ, ਮਤਲਬ ਉਹਨੂੰ ਪੂਰੀ ਦੁਨੀਆ ਸਪੋਰਟ ਕਰ ਰਹੀ ਸੀ ਉਹ ਚੀਜ਼ ਨੂੰ, ਇੱਕ ਜੈਨੂਨ ਚੀਜ਼ ਸੀ ਔਰ ਦੁਨੀਆ ਉੱਤਰ ਰਹੀ ਸੀਗੀ ਉਦੋਂ। ਸੋਸ਼ਲ ਮੀਡੀਆ 'ਤੇ ਕੀ, ਰੋਡਾਂ 'ਤੇ ਕੀ, ਜਿਨ੍ਹਾਂ ਦਾ ਜਿੱਥੇ ਬੱਸ ਚੱਲਦਾ ਉੱਥੋਂ ਉਹਨਾਂ ਨੇ ਜ਼ੋਰ ਲਾਇਆ, ਤਾਂ ਹੀ ਤਾਂ ਪ੍ਰੈਸ਼ਰ ਥੱਲੇ ਆਈ ਗੌਰਮੈਂਟ, ਹੈ ਕਿ ਨਹੀਂ? ਅਤੇ ਇਹ ਚੀਜ਼ਾਂ ਨੇ, ਲੇਕਿਨ ਚਲੋ ਪੰਜਾਬ ਦੇ ਆਪਦੇ ਹਾਲਾਤ ਨੇ, ਵਿਚਾਰਾ ਅੱਜ ਦਾ ਨਹੀਂ ਕਈ ਸਾਲਾਂ ਤੋਂ ਇਹ ਫਾਈਟ ਕਰਦਾ ਆ ਰਿਹਾ, ਆਪਦੇ ਲੋਕਾਂ ਨਾਲ ਹੀ ਕਰਦਾ ਆ ਰਿਹਾ, ਬਾਹਰਲੇ ਤਾਂ ਕਰਕੇ ਚਲੇ ਗਏ ਗੋਰੇ ਗਾਰੇ, ਹੈ ਨਾ, ਉਹਨਾਂ ਨੇ ਤਾਂ ਇੱਕ ਵਾਰੀ ਕੱਟ ਵੱਢ ਕਰਾਉਣੀ ਸੀ, ਕਰਾ ਕੇ ਚਲੇ ਗਏ, ਉਦੋਂ ਬਾਅਦ ਤਾਂ ਇਹਨੇ ਆਪਦੇ ਲੋਕਾਂ ਨਾਲ ਹੀ ਫਾਈਟ ਕੀਤੀ ਆ। ਪੰਜਾਬ ਦੇ ਹਾਲਾਤ ਤਾਂ ਇੱਦਾਂ ਹੀ, ਉਹਦੀ ਤਾਂ ਢੋਹੀ ਛਿੱਲੀ ਪਈ ਆ, ਹੈ ਨਾ, ਅਤੇ ਪੰਜਾਬੀਆਂ ਨੇ ਇਹੀ ਛਿੱਲੀ ਆ, ਹੋਰ ਤਾਂ ਗੈਰ ਤਾਂ ਕੋਈ ਨਹੀਂ, ਪੰਜਾਬ ਤਾਂ ਸ਼ੁਰੂ ਤੋਂ ਲੜਦਾ। ਅਤੇ ਪੰਜਾਬ ਦੇ ਹਾਲਾਤ 'ਤੇ ਚੱਲ ਆਪਾਂ ਕਿਉਂ ਟੋਕ ਕਰਨਾ, ਹੈ ਨਾ, ਸਭ ਨੂੰ ਦੇਂਦਾ ਹੀ ਹੈ, ਅਤੇ ਕੱਲ੍ਹ ਨੂੰ ਸਾਨੂੰ ਉੱਠ ਕੇ ਗਾਲਾਂ ਕੱਢਣਗੇ ਵੀ ਤੁਸੀਂ ਇੱਦਾਂ ਹੁੰਦਾ, ਇਸ ਕਰਕੇ ਆਪਾਂ ਜ਼ਿਆਦਾ ਬੋਲ ਕੇ ਰਾਜੀ ਨਹੀਂ, ਕਿਉਂਕਿ ਇੱਥੇ ਹਰੇਕ ਨੂੰ ਯੋਧੇ ਬਣਨ ਨਾਲੋਂ ਭਾਈ ਸ਼ਾਮ ਦੀ ਰੋਟੀ ਦਾ ਫਿਕਰ ਆ, ਸਾਨੂੰ ਤਾਂ ਇਹੀ ਆ ਵੀ ਸ਼ਾਮ ਦੀ ਰੋਟੀ ਅਸੀਂ ਕਿੱਥੋਂ ਖਾਣੀ ਆ, ਕੀ ਕਰਨੀ, ਅੱਜ ਦੀ ਦਿਹਾੜੀ ਲੱਗ ਗਈ, ਕੱਲ੍ਹ ਨੂੰ ਅਸੀਂ ਲਾਉਣੀ ਆ, ਕੱਲ੍ਹ ਨੂੰ ਸਾਹ ਚੱਲਣੇ ਨਹੀਂ ਚੱਲਣੇ, ਅਤੇ ਇੰਨਾ ਜ਼ਿਆਦਾ ਲੰਬਾ ਸੋਚ ਕੇ ਅਸੀਂ ਰੱਖਦੇ ਨਹੀਂ ਹੈਗੇ, ਅਤੇ ਆਹੀ ਆ ਲਾਈਫ। ਬਾਕੀ ਚੱਲੇ ਆਪਾਂ ਸੰਦ ਸਮਾਨ ਲੈਣ, ਅਤੇ ਫਿਰ ਮਿਲਦੇ ਹਾਂ ਤੁਹਾਨੂੰ ਮਾਹੌਲ ਕਿਹੜਾ ਜਿਹਾ ਕਰਕੇ। ਵਲੋਗਾਂ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਇੱਦਾਂ ਹੀ ਪਿਆਰ ਦਿੰਦੇ ਰਹੋ, ਮਾਹੌਲ ਇੱਦਾਂ ਹੀ ਬਣਦਾ ਰਹੂ, ਠੀਕ ਹੈ ਜੀ, ਫਿਰ ਮਿਲਦੇ ਹਾਂ ਆਪਾਂ, ਬਬਾਸ। ਲੋ ਵੀ ਹੁਣ ਆ ਗਿਆ ਸੀ ਸ਼ਾਰਜਾ ਮਾਰਕੀਟ ਦੇ ਵਿੱਚ, ਤੂੰ ਮੈਨੂੰ ਦੱਸਦਾ, ਮੈਂ ਤਾਂ ਉੱਧਰ ਤੈਨੂੰ ਦੂਜੀ ਮਾਰਕੀਟ ਲੈਣਾ ਸੀ ਗੱਡੀਆਂ ਵਾਲੀ 'ਚ। ਅੱਛਾ, ਮੈਂ ਉੱਧਰ ਜਾਣ ਨੂੰ ਫਿਰਦਾ ਸੀ। ਉਹ ਬਾਦੀ ਬਿਲਡਿੰਗ ਸਰ, ਪਹਿਲਾਂ ਤੈਨੂੰ ਫੈਟ ਚੱਕਣੀ ਪੈਣੀ ਬਹੁਤ ਜ਼ਿਆਦਾ। ਆ ਗਿਆ ਬਾਈ, ਇਹ ਤੋਂ ਵੀ ਲਿਆ ਸੀ ਆਪਾਂ ਕੁਛ, ਦੇਖੀਏ ਆਪਾਂ ਬੈੱਡ ਹੀ ਦੇਖਣੇ ਆ, ਲਾ ਸ਼ਾਮ ਇਹਦੇ ਕਰਕੇ ਗੱਡੀ ਦੇਖ ਜੇ ਤੇਰੀ, ਆਹ ਗੱਡੀ ਤੂੰ ਦਿਖਾ ਤੀ, ਹਾਂ ਤੈਨੂੰ ਰੇਟ 100 ਵਾਲਾ 200 ਲੱਗਣਾ। ਇਹ ਤਾਂ ਗੱਲ ਯਾਰ ਨੀਅਤ ਦੀ ਸਹੀ ਗੱਲ ਆ, ਚੱਲ ਇੱਥੇ ਇਹ ਹਿਸਾਬ ਆ ਬਾਈ, ਗੱਡੀ ਦੇਖ ਕੇ ਵੀ ਰੇਟ ਚੇਂਜ ਹੋ ਜਾਂਦਾ। ਆਪਾਂ ਇੱਥੇ ਲਾਈ ਤਾਂ ਇਕੱਲੀ ਇੱਥੇ ਖੜੀ ਕਰਦੇ ਬਸ, ਫਿਰ ਤੂੰ ਤੁਰ ਕੇ ਜਾ ਕੇ ਗੇੜਾ ਕੱਢਾਂਗੇ ਉੱਥੋਂ, ਆਹ ਸਾਰੀ ਮਾਰਕੀਟ ਲੈਣ ਦੀ, ਚੱਲ ਉਧਰਲੇ ਪਾਸੇ ਵੀ ਆ। ਚਲੋ ਜੀ, ਨਾਲ ਤੁਹਾਨੂੰ ਦਿਖਾਉਂਦੇ ਜਾਵਾਂਗੇ। ਆ ਮਿਲਿਆ ਕੁਛ ਜੀ, ਲੋ ਵੀ ਮਿੱਤਰੋ ਜਿਹੜੀ ਆ ਮਾਰਕੀਟ ਦਿਖਾ ਰਹੇ ਆ ਨਾ, ਇਹ ਯੂਜ਼ਡ ਵੀ ਆ ਸ਼ਾਰਜਾ ਦੀ ਮਾਰਕੀਟ ਆ, ਅਤੇ ਨਵੇਂ ਵੀ ਆ। ਇੱਥੋਂ ਤੁਸੀਂ ਅਗਰ ਆਓ ਤੁਹਾਨੂੰ ਆਪਸ਼ਨ ਵੀ ਮਿਲ ਜਾਂਦੇ ਆ, ਲੇਕਿਨ ਤੁਹਾਨੂੰ ਹੁਣ ਮੈਂ ਦੱਸਦਾ, ਇੱਕ ਮਿੰਟ ਬਾਹਰ ਨਿਕਲ ਕੇ
ਕਹਾਣੀ ਕੀ ਆ ਆਹਾਂ ਤੁਹਾਨੂੰ ਮਾਰਕੀਟ ਦੀ ਵੀਡੀਓ ਦਿਖਾਤੀ ਆ ਘੁੰਮਿਆ ਅਸੀਂ ਇਹਦੇ ਵਿੱਚ ਸਾਨੂੰ ਮਤਲਬ ਸਾਡੇ ਮਤਲਬ ਦੀ ਕੋਈ ਚੀਜ਼ ਨਹੀਂ ਮਿਲੀ ਅਤੇ ਸ਼ਾਰਜ ਦੇ ਵਿੱਚ ਯੂਜ਼ਡ ਮਟੀਰੀਅਲ ਵੀ ਆ ਨਵਾਂ ਮਟੀਰੀਅਲ ਵੀ ਆ ਸਾਰਾ ਮਟੀਰੀਅਲ ਇੱਥੇ ਮਿਲ ਜਾਂਦਾ ਤੁਹਾਡੀ ਪੋਕਿਟ ਦੇ ਹਿਸਾਬ ਨਾਲ ਤੁਸੀਂ ਆਪਦੀ ਸ਼ੋਪਿੰਗ ਕਰ ਸਕਦੇ ਹੋ ਹੁਣ ਇੱਕ ਇਹ ਏਰੀਆ ਜਿੱਥੇ ਸਾਨੂੰ ਪਸੰਦ ਨਹੀਂ ਆਇਆ ਇਹਨਾਂ ਨੇ ਰੇਟ ਵੀ ਕਾਫੀ ਵਧਾਏ ਹੋਏ ਨੇ ਹੈ ਨਾ ਪਹਿਲਾਂ ਅਸੀਂ ਲੈ ਕੇ ਗਏ ਸਾਰਾ ਸਮਾਨ ਅਤੇ ਉਦੋਂ ਰੇਟ ਕੁਛ ਹੋਰ ਸੀ ਅਗਰ ਕੰਪੇਅਰ ਕਰੀਏ ਠੀਕ ਆ ਵੱਧ ਮਹਿੰਗਾਈ ਵੀ ਵਧੀਆ ਲੇਕਿਨ ਇੰਨਾ ਰੇਟ ਨਹੀਂ ਵਧਾਉਣਾ ਚਾਹੀਦਾ ਜਿੰਨਾ ਕਿ ਇਹਨਾਂ ਨੇ ਰੱਖਿਆ ਹੋਇਆ ਵਧਾ ਕੇ ਫਿਰ ਦੂਜੀ ਗੱਲ ਇੱਥੇ ਹੈਗੇ ਸਾਰੇ ਮਤਲਬ ਪਠਾਣ ਹੀ ਪਠਾਣ ਪ੍ਰੋਬਲਮ ਤਾਂ ਉਹਨਾਂ ਤੋਂ ਕੋਈ ਨਹੀਂ ਲੇਕਿਨ ਇਹਨਾਂ ਨੂੰ ਡੀਲ ਨਹੀਂ ਕਰਨੀ ਇੱਥੇ ਜੇ ਹੁਣ ਇੱਕ ਤਾਂ ਟਾਈਮ ਕੱਢ ਕੇ ਆਇਆ ਵੀ ਤੁਰਨਾ ਪਊਗਾ ਖਾ ਪੀ ਕੇ ਖਾ ਪੀ ਕੇ ਤੁਰਨਾ ਅਤੇ ਦੂਜੀ ਗੱਲ ਆਪਦੀ ਇੱਜ਼ਤ ਘਰੇ ਲਾ ਕੇ ਇੱਜ਼ਤ ਨਹੀਂ ਕਰਦੇ ਕਸਟਮਰ ਦੀ ਇੱਜ਼ਤ ਉੱਜਤ ਇਹਨਾਂ ਨੂੰ ਆਉਂਦੀ ਨਹੀਂ ਕਰਨੀ ਕੀ ਹੁੰਦੀ ਹੈ ਕਸਟਮਰ ਡੀਲ ਇਹ ਨਹੀਂ ਕਿ ਕੀ ਹੁੰਦੀ ਆ ਪਤਾ ਨਹੀਂ ਇਹ ਨਹੀਂ ਹੈਗਾ ਵੀ ਸਾਨੂੰ ਉਹਨਾਂ ਨੇ ਗਾਲਾਂ ਗੁਲਾਂ ਕੱਢੀਆਂ ਨਹੀਂ ਇੱਕ ਇੱਕ ਵੈਲਕਮ ਨਹੀਂ ਹੁੰਦਾ ਕਸਟਮਰ ਦਾ ਕਲਾਇੰਟ ਦਾ ਉਹ ਚੀਜ਼ਾਂ ਇਹ ਮਤਲਬ ਨੋਟ ਕਰਨ ਵਾਲੀਆਂ ਹੁੰਦੀਆਂ ਨੇ ਹੋ ਜਾਂਦੀਆਂ ਨੋਟ ਅਤੇ ਲੇਕਿਨ ਬੰਦੇ ਮਜਬੂਰੀ ਨੂੰ ਆਉਂਦੇ ਕੋਈ ਜਿਹਨਾਂ ਕੋਲ ਕੋਈ ਆਪਸ਼ਨ ਨਹੀਂ ਹੈਗਾ ਤਾਂ ਫਿਰ ਉਹਨਾਂ ਨੂੰ ਆਉਣਾ ਪੈਂਦਾ ਲੇਕਿਨ ਹੁਣ ਆਪਣੇ ਕੋਲ ਤਾਂ ਆਪਸ਼ਨ ਵਾਧੂ ਨੇ ਆਪਾਂ ਜਾ ਰਹੇ ਹਾਂ ਦੂਜੀ ਮਾਰਕੀਟ 'ਚ ਉਹ 'ਚ ਵੀ ਘੁੰਮਣਾ ਫਿਰਨਾ ਪੈਣਾ ਚੰਗੀ ਤਰ੍ਹਾਂ ਅਤੇ ਸਮਾਨ ਲੱਭਣਾ ਪੈਣਾ ਹੈ ਨਾ ਫਿਰ ਦੇਖਦੇ ਹਾਂ ਕਹਾਣੀ ਕੀ ਆ ਚਲੋ ਜੀ ਮਿਲਦੇ ਹਾਂ ਬਾਬਾ ਹੰਸ ਉਹ ਜਾਣਾ ਆਪਣੇ ਕੀ ਸਮਾਨ ਲਿਆ ਸਲੋਨਾ ਲਓ ਵੀ ਮਿੱਤਰੋ ਕੀ ਕਰਦਾ ਸਮਾਨ ਸਮੂਨ ਕੀ ਪ੍ਰੋਗਰਾਮ ਹੋਣ ਦਾ ਹੁਣ ਘਰੇ ਜਾਣਾ ਬਾਕੀ ਤਾਂ ਜਿਹੜਾ ਕੋਈ ਲੈਣ ਆਏ ਸੀ ਉਹ ਮਿਲਿਆ ਨਹੀਂ ਅਤੇ ਟਾਈਮ ਹੋ ਗਿਆ ਪੂਰਾ ਜਿਹਦੇ ਕਰਕੇ ਸਾਨੂੰ ਜਾਣਾ ਪੈਣਾ ਵਾਪਸ ਚਲੋ ਜੀ ਮੈਨੂੰ ਨਾ ਆਫਿਸ 'ਚੋਂ ਕਾਲ ਆ ਗਈ ਹੈ ਤਾਂ ਕਰਕੇ ਨਹੀਂ ਤਾਂ ਅਸੀਂ ਬੈੱਡ ਬੁੱਡ ਲੈ ਕੇ ਵੜਦੇ ਆਹ ਮਾਰਕੀਟ 'ਚ ਤਾਂ ਸਾਨੂੰ ਮਿਲਿਆ ਨਹੀਂ ਲੇਕਿਨ ਦੂਜੀ ਮਾਰਕੀਟ ਥੋੜ੍ਹੀ ਦੂਰ ਆ ਰੋਕ ਕੇ ਹੋਣਾ ਉਹ ਲੱਭਣੀ ਪੈਣੀ ਆ ਅਤੇ ਉੱਥੇ ਟਾਈਮ ਚਾਹੀਦਾ ਮਤਲਬ ਪੂਰਾ ਅੱਜ ਜਿੰਨਾ ਟਾਈਮ ਸੀਗਾ ਅੱਜ ਤਾਂ ਅਸੀਂ ਟਾਈਮ ਕੱਢ ਗਏ ਸੀ ਲੇਕਿਨ ਸਰਪ੍ਰਾਈਜ਼ਿੰਗਲੀ ਕਾਲ ਆ ਗਈ ਉਹ ਜਾਣਾ ਪੈਣਾ ਹੁਣ ਮੈਨੂੰ ਸਮਝ ਗੱਲ ਵੀ ਨਹੀਂ ਇੱਦਾਂ ਹੀ ਆ ਕਹਾਣੀ ਬਾਕੀ ਦੇਖਦੇ ਹਾਂ ਕੀ ਕਹਾਣੀ ਅੱਜ ਕਰਨਾ ਨਾ ਸਨਮਾਨ ਤੋਂ ਸਨਮਾਨ ਤਾਂ ਕਰਨਾ ਮੈਨੂੰ ਉਹਨਾਂ ਨੇ ਬੁਲਾ ਕੇ ਕਰਨਾ ਪੂਰਾ ਵਧੀਆ ਤਰੀਕੇ ਨਾਲ ਮੈਨੂੰ ਸਨਮਾਨ ਕਰੋ ਕੋਈ ਗਿਫਟ ਨਾਲ ਗਿਫਟ ਨਾਲ ਕਹਿ ਦਾ ਮੈਨੂੰ ਸਰਟੀਫਿਕੇਟ ਨਹੀਂ ਚਾਹੀਦਾ ਠੀਕ ਮੈਨੂੰ ਕੁਝ ਗੋਲਡ ਦੀ ਚੀਜ਼ ਦੇ ਦਿਓ ਚਲ ਠੀਕ ਇਦਾਂ ਕਰ ਲਾਂਗੇ ਫਿਰ ਚਲ ਦੇਖਦੇ ਹਾਂ ਲਓ ਵੀ ਮਿੱਤਰੋ ਪੇਸ਼ ਆ ਤੁਹਾਡੀ ਕਚਹਿਰੀ ਦੇ ਵਿੱਚ ਸਮਾਨ ਆਪਾਂ ਨੂੰ ਮਿਲਿਆ ਨਹੀਂ ਸੀਗਾ ਬਾਜ਼ਾਰੋਂ ਅਤੇ ਆਪਾਂ ਨੂੰ ਦੱਸਿਆ ਵੀ ਦੂਜੀ ਮਾਰਕੀਟ ਚੱਲਾਂਗੇ ਲੇਕਿਨ ਵਿੱਚ ਆ ਗਿਆ ਸੀ ਆਪਣੀ ਕੰਪਨੀ ਦੀ ਕਾਲ ਅਤੇ ਹੁਣ ਮੈਂ ਜਾ ਰਿਹਾ ਆਪਦੀ ਕੰਪਨੀ ਦੇ ਆਫਿਸ ਉੱਥੇ ਥੋੜ੍ਹਾ ਜਿਹਾ ਮਤਲਬ ਕੋਈ ਫੰਕਸ਼ਨ ਹੋਊਗਾ ਜਾਂ ਕੋਈ ਪ੍ਰੋਗਰਾਮ ਹੋਊਗਾ ਉਹਨਾਂ ਨੇ ਇਨਵਾਈਟ ਕੀਤਾ ਤਾਂ ਕਰਕੇ ਅਟੈਂਡ ਕਰਨ ਚੱਲਿਆ ਬਾਕੀ ਦੀਆਂ ਮਤਲਬ ਇਨਫੋਰਮੇਸ਼ਨਾਂ ਤੁਹਾਨੂੰ ਇੱਦਾਂ ਹੀ ਪਾਸ ਕਰਦੇ ਰਹਾਂਗੇ ਓਕੇ ਬਵਾਸ ਮਿੱਤਰੋ ਮੈਂ ਆ ਗਿਆ ਸੀਗਾ ਆਪਣੇ ਆਫਿਸ ਸ਼ਾਮ ਦੇ 4 ਵੱਜ ਗਏ 4:30 ਇਨਵੀਟੇਸ਼ਨ ਸੀਗਾ ਕ੍ਰਿਸਮਿਸ ਮੈਰੀ ਕ੍ਰਿਸਮਿਸ ਵਗੈਰਾ ਮਤਲਬ ਸੈਲੀਬ੍ਰੇਸ਼ਨ ਚੱਲ ਰਿਹਾ ਸੀ ਇਹਨਾਂ ਦਾ ਅਤੇ ਉੱਥੇ ਅਵਾਰਡ ਵਗੈਰਾ ਦਿੱਤੇ ਜਿਨ੍ਹਾਂ 'ਚ ਇੱਕ ਮੇਰਾ ਨਾਮ ਵੀ ਸੀ ਚਲੋ ਜੀ ਮਿਲਦੇ ਹਾਂ ਰਾਹ ਦੇ ਵਿੱਚ ਹਾਲੇ ਇਕੱਲਾ ਗੱਡੀ ਚਲਾਉਂਦਾ ਮੈਂ ਵੀਡੀਓ ਤਾਂ ਨਹੀਂ ਬਣਾਉਂਦਾ ਅਤੇ ਮਿਲਦੇ ਹਾਂ ਫਿਰ ਬਸ ਥੋੜ੍ਹੀਆਂ ਵੀਡੀਓ ਅਟੈਚ ਕਰ ਦੂੰਗਾ ਪਾਰਟੀ ਸ਼ਾਰਟੀ ਦੀਆਂ ਅਤੇ ਆਫਿਸ ਦੇ ਵਿੱਚ ਜ਼ਿਆਦਾ ਲੰਬੀਆਂ ਨਹੀਂ ਛੋਟੀ ਜਿਹੀ ਵੀਡੀਓ ਬਸ ਲਓ ਵੀ ਮਿੱਤਰੋ ਆਪਾਂ ਆ ਗਿਆ ਘਰੇ ਸੰਦ ਸਮਾਨ ਚੱਕ ਕੇ ਅਤੇ ਹੁਣ ਇਦੂ ਬਾਅਦ ਜਾਵਾਂਗੇ ਡਿਊਟੀ 8:30 ਹੋਪਸ ਤੁਹਾਨੂੰ ਅੱਜ ਦੀ ਦਿਹਾੜੀ ਅਤੇ ਅੱਜ ਦਾ ਵਲੌਗ ਸਾਡਾ ਲੱਗਿਆ ਹੋਊਗਾ ਵਧੀਆ ਇਹਨੂੰ ਲਾਈਕ ਕਰ ਦਿਓ ਪਿਆਰ ਮੁਹੱਬਤ ਦੇ ਦਿਓ ਅਤੇ ਹੁਣ ਮੈਂ ਚੱਲਿਆ ਘਰੇ ਫਿਰ ਮਿਲਦੇ ਆਪਾਂ ਤੁਹਾਨੂੰ ਨੈਕਸਟ ਟਾਈਮ ਹਾਂ ਫਿਰ ਕੀ ਲੈ ਕੇ ਆਇਆ
ਲੈ ਕੇ ਤਾਂ ਜਵਾਕਾਂ ਨੂੰ ਦਿੱਤਾ ਹਾ ਗਿਫਟ ਵਿੱਚ ਬੋਟਲ ਵਗੈਰਾ ਮਿਲੇ ਸੀ ਇਹ ਦਿੱਤੇ ਜਵਾਕਾਂ ਨੂੰ ਤੇ ਆਹ ਹੁਣ ਇਹ ਮੇਰੀ ਕੰਪਨੀ ਵੱਲੋਂ ਅੱਛਾ ਲੋਗੋ ਮੈਂ ਸ਼ੋਅ ਨਹੀਂ ਕਰਨਾ ਨਾ ਮੈਂ ਨਾਮ ਦੱਸਣਾ ਤੇ ਆਹ ਇਹ ਕੀ ਆ ਸਰਟੀਫਿਕੇਟ ਪਤਾ ਨਹੀਂ ਸਰਟੀਫਿਕੇਟ ਆਇਆ ਦਿੱਤਾ ਉਹਨਾਂ ਨੇ ਅੱਛਾ ਵੀ ਤੂੰ ਵਧੀਆ ਬੰਦਾ ਮੈਨੂੰ ਕਹਿੰਦੇ ਤੂੰ ਵਧੀਆ ਬੰਦਾ ਹੈ ਨਾ ਮੈਂ ਕਾਰਡ ਦਿੱਤਾ ਸਰਵਿਸ ਸਰਟੀਫਿਕੇਟ ਵੀ ਤੂੰ ਸਾਨੂੰ ਸਰਵ ਕੀਤਾ ਹੈ ਤੂੰ ਸਾਨੂੰ ਸਰਵ ਕੀਤਾ ਬਹੁਤ ਚੰਗੀ ਤਰ੍ਹਾਂ ਡੈਮ ਵਾਓ ਦਾਰਾ ਦੀ ਕੋਸ਼ਿਸ਼ ਤਾਂ ਇਹਨੇ ਮੈਨੂੰ ਕੁਛ ਆਹ ਕਾਰਡ ਦਿੱਤਾ ਵਾ ਜਿਹੜਾ ਇੰਪੋਰਟੈਂਟ ਆ ਇਹਨੂੰ ਆਪਾਂ ਯੂਜ਼ ਕਰ ਸਕਦੇ ਇਹਦੀਆਂ ਸਰਵਿਸਿਸ ਆਹ ਨੇ ਅੱਛਾ ਓ ਯੈਸ ਗਿਫਟ ਨੈੱਟ ਔਨਲਾਈਨ ਇਹਦੀਆਂ ਟਰਮਸ ਐਂਡ ਕੰਡੀਸ਼ਨ ਆਹ ਲਿਖੀਆਂ ਨੇ ਇਹਨੂੰ ਮੈਂ ਯੂਜ਼ ਕਰ ਸਕਦਾ ਠੀਕ ਹੈ ਇਹਨਾਂ ਦੇ ਮਤਲਬ ਔਫਰ ਵਗੈਰਾ ਹੋਣਗੇ ਔਰ ਮੈਨੂੰ ਕੋਈ ਕਨਸੈਸ਼ਨ ਜਾਂ ਪਰਸੈਂਟੇਜ ਕੁਛ ਮਿਲੂਗਾ ਐਜ਼ ਏ ਗਿਫਟ ਦੇ ਤੌਰ 'ਤੇ ਆ ਦਿੱਤਾ ਮੈਨੂੰ ਠੀਕ ਆ ਠੀਕ ਹੈ ਮੇਰੀ ਪਾਰਟੀ ਫਿਰ ਪਾਰਟੀ ਠੀਕ ਵਧੀਆ ਅਲਹਮਦੁਲਿਲਾ ਪਾਰਟੀ ਕੋਈ ਆਪਸ਼ਨ ਦੀ ਪਾਰਟੀ ਇਹੋ ਜਿਹੀ ਹੁੰਦੀ ਜੋ ਹੋ ਗਈ ਬਸ ਬਸ ਅੱਜ ਦਾ ਇੰਨਾ ਸੀਗਾ ਵਲੋਗ ਮੈਂ ਪਹਿਲਾਂ ਕਲੋਜ਼ ਕਰ ਚੁੱਕਿਆ ਅਤੇ ਦੋਸਤੋ ਕੱਲ੍ਹ ਮਿਲਦਾ ਇੱਕ ਨਵੇਂ ਵਲੋਗ ਦੇ ਨਾਲ ਅਤੇ ਦੇਖਦੇ ਹੁਣ ਆਪਾਂ ਜਾਂਦੇ ਸ਼ਹਿਰ ਜਾਂ ਸ਼ੋਪਿੰਗ ਕਰਨ ਕਿ ਨਹੀਂ ਕਰ ਲੂੰ Again, 1, 2, 3. Damn!